ਹੈਲੋ एवरीवन ਮਾਈਸੈਲਫ ਰਮਨਦੀਪ ਕੌਰ ਇਨਚਾਰਜ ਆਫ ਸੈਕਿੰਡ ਸਟੈਂਡਰਡ ਤੋਂ ਪਿਆਰੇ ਬੱਚਿਓ ਅੱਜ ਆਪਾਂ ਪੰਜਾਬੀ ਦੀ ਕਲਾਸ ਦੇ ਵਿੱਚ ਪਾਰਟ ਨੰਬਰ 2 ਸ਼ੇਰ ਦੀ ਕਚੈਰੀ ਪੜਨ ਜਾ ਰਹੇ ਹਾਂ ਸਾਰੇ ਬੱਚੇ ਧਿਆਨ ਦੇ ਨਾਲ ਮੇਰੇ ਨਾਲ-ਨਾਲ ਜਿੱਦਾਂ ਮੈਂ ਲੈਸਨ ਪੜਾਂਗੀ ਤੁਸੀਂ ਸਾਰੇ ਬੱਚੇ ਵੀ ਪੈਨਸਿਲ ਦੇ ਨਾਲ ਇੱਕ-ਇੱਕ ਅੱਖਰ ਜੋੜ ਕੇ ਜਿੱਦਾਂ ਆਪਾਂ ਪੜਦੇ ਹਾਂ ਉਵੇਂ ਉਵੇਂ ਤੁਸੀਂ ਪੜਦੇ ਜਾਓਗੇ ਅਤੇ ਤੁਹਾਨੂੰ ਕਹਾਣੀ ਦਾ ਪੂਰਾ ਆਨੰਦ ਵੀ ਆਏਗਾ ਤੇ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਵੀ ਜ਼ਰੂਰ ਮਿਲੇਗਾ ਤੇ ਅੱਜ ਦੀ ਸ਼ੁਰੂਆਤ ਪਾਠ ਨੰਬਰ 2 ਸ਼ੇਰ ਦੀ ਕਚਹਿਰੀ ਸ਼ੇਰ ਜੰਗਲ ਦਾ ਰਾਜਾ ਹੈ ਉਹ ਸਾਰੇ ਜਾਨਵਰਾਂ ਨਾਲੋਂ ਤਾਕਤਵਾਰ ਜਾਨਵਰ ਹੈ ਸਾਰੇ ਜਾਨਵਰ ਉਸ ਤੋਂ ਡਰਦੇ ਹਨ ਉਸਦਾ ਹਰੇਕ ਹੁਕਮ ਮੰਨਦੇ ਹਨ ਜਿਹੜਾ ਜਾਨਵਰ ਸ਼ੇਰ ਦੇ ਹੁਕਮ ਨੂੰ ਨਹੀਂ ਮੰਨਦਾ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ ਇੱਕ ਸ਼ੇਰ ਬਹੁਤ ਚੰਗਾ ਸੀ ਉਹ ਜੰਗਲ ਦਾ ਰਾਜਾ ਸੀ ਉਹ ਇੱਕ ਇਨਸਾਫ ਪਸੰਦ ਰਾਜਾ ਸੀ ਉਹ ਜਾਨਵਰਾਂ ਨਾਲ ਬੜਾ ਪਿਆਰ ਕਰਦਾ ਸੀ ਸਾਰੇ ਜਾਨਵਰ ਉਸ ਨੂੰ ਬੜਾ ਪਸੰਦ ਕਰਦੇ ਸਨ ਸ਼ੇਰ ਹਰ ਰੋਜ਼ ਕਚਹਿਰੀ ਲੋਂਦਾ ਸੀ ਉਹ ਜਾਨਵਰਾਂ ਦੀਆਂ ਦੁੱਖ ਤਕਲੀਫਾਂ ਸੁਣਦਾ ਉਹ ਕਿਸੇ ਨਾਲ ਬੇਇਨਸਾਫੀ ਨਾ ਹੋਣ ਦਿੰਦਾ ਇੱਕ ਦਿਨ ਸ਼ੇਰ ਦੀ ਕਚਹਿਰੀ ਲੱਗੀ ਹੋਈ ਸੀ ਉਸ ਦੀ ਕਚਹਿਰੀ ਵਿੱਚ ਸਾਰੇ ਜਾਨਵਰ ਜਿਵੇਂ ਚੀਤਾ ਹਾਥੀ ਹਿਰਨ ਗਿੱਦੜ ਲੂੰਬੜੀ ਆਠ ਸਭ ਬੈਠੇ ਸਨ ਉਸ ਦਿਨ ਉਸ ਦੀ ਕਚਹਿਰੀ ਵਿੱਚ ਇੱਕ ਮੁਕਦਮਾ ਪੇਸ਼ ਹੋਇਆ ਹਿਰਨ ਆਖ ਰਹੀ ਸੀ ਮਹਾਰਾਜ ਲੂੰਬੜੀ ਸਾਡੇ ਨਾਲ ਹਮੇਸ਼ਾ ਵਧੇਗੀ ਕਰਦੀ ਹੈ ਅਸੀਂ ਜੋ ਵੀ